ਦਰਸ਼ਕਾਂ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਦੇ ਹਾਂ ਜੀ ਸਾਡੀ ਪਹਿਲੀ ਈਮੇਲ ਆਈ ਹੈ ਹਕੀਮ ਬੇਗ ਜੀ ਦੀ ਟੋਰਾਂਟੋ ਤੋਂ ਇਹ ਲਿਖਦੇ ਹਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਬੜਾ ਵਧੀਆ ਪ੍ਰੋਗਰਾਮ ਮੁਹੱਈਆ ਕਰਵਾ ਰਹੇ ਹੋ ਸਾਰੇ ਹੀ ਮੁੱਦਿਆਂ ਤੇ ਇੱਕ ਨਿਰਪੱਖ ਅਤੇ ਸੱਚੀ ਰਾਏ ਬੜੀ ਚੰਗੀ ਹੈ ਸਾਰੀ ਹੀ ਕਮਿਊਨਿਟੀ ਨੂੰ ਸਹੀ ਜਾਣਕਾਰੀ ਅਤੇ ਦਿਸ਼ਾ ਮਿਲ ਰਹੀ ਹੈ ਚੰਗਾ ਕੰਮ ਕਰ ਰਹੇ ਹੋ ਆਪਣਾ ਕੰਮ ਜਾਰੀ ਰੱਖੋ ਜੀ ਡਾਕਟਰ ਸਾਹਿਬ ਸਾਨੂੰ ਖੁਸ਼ੀ ਹੈ ਕਿ ਟੋਰਾਂਟੋ ਤੋਂ ਸਾਡੀ ਪਹਿਲੀ ਈਮੇਲ ਗੈਰ ਸਿੱਖ ਇੱਕ ਵੀਰ ਜਿਨ੍ਹਾਂ ਦਾ ਨਾਂ ਹਕੀਮ ਬੇਗ ਜੀ ਹੈ ਉਹਨਾਂ ਤੋਂ ਓਰੀਜਿਨੇਟ ਹੋਈ ਹੈ ਜੀ ਕਿਉਂਕਿ ਜਦੋਂ ਤੋਂ ਬੈੱਲ 5 ਦੇ ਉੱਤੇ TV 84 ਗਿਆ ਦੋ ਤਿੰਨ ਸਾਨੂੰ ਲਿਖਤਾਂ ਮਿਲੀਆਂ ਨੇ ਉਹਨਾਂ 'ਚ ਪਹਿਲੀ ਲਿਖਤ ਇਹਨਾਂ ਦੀ ਸੀ ਜੀ ਔਰ ਮੈਨੂੰ ਖੁਸ਼ੀ ਹੋਈ ਵੀ ਚਲੋ ਸਾਡੇ ਵੀਰ ਭੈਣਾਂ ਤਾਂ ਜਿਹੜੇ ਦੇਖਦੇ ਨੇ ਲਾਈਵ ਸਟ੍ਰੀਮ 'ਤੇ ਜਾਂ ਅਦਰਵਾਈਜ਼ ਵੀ ਜਦੋਂ ਅਪਲੋਡ ਹੋ ਜਾਂਦਾ ਹੈ ਉਦੋਂ ਉਹਨਾਂ ਦੇ ਕਾਮੈਂਟ ਤਾਂ ਆਉਂਦੇ ਹੀ ਨੇ ਟੋਰਾਂਟੋ ਤੋਂ ਜੀ ਲੇਕਿਨ ਇਹ ਪਹਿਲੀ ਓਰੀਜਿਨੇਟ ਹੋਈ ਹੈ ਆਫਟਰ ਜਿਹੜਾ ਇਸ ਬੈੱਲ 5 'ਤੇ ਆਉਣ ਦਾ ਜੀ ਸੋ ਇਹਨਾਂ ਦਾ ਸ਼ੁਕਰੀਆ ਇਹਨਾਂ ਨੇ ਇਹ ਕਿਹਾ ਵੀ ਅਸੀਂ ਸਾਡਾ ਪ੍ਰੋਗਰਾਮ ਉਹਨਾਂ ਨੂੰ ਨਿਰਪੱਖ ਲੱਗਿਆ ਸੱਚ 'ਤੇ ਆਧਾਰਿਤ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਸਾਰੀਆਂ ਕਮਿਊਨਿਟੀਜ਼ ਲਈ ਹੈ ਦੇਖੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਾਊਥ ਏਸ਼ੀਆ ਦੇ ਜਦੋਂ ਸੀਨ ਨੂੰ ਡਿਸਕ੍ਰਾਈਬ ਕਰਦੇ ਹਾਂ ਤਾਂ ਉੱਥੋਂ ਦੇ ਜਿਹੜੇ ਵੀ ਉਸ ਖਿੱਤੇ ਦੇ ਮੁਲਕ ਨੇ ਉਹ ਪਾਕਿਸਤਾਨ ਹੋਏ ਅਫਗਾਨਿਸਤਾਨ ਹੋਏ ਨੇਪਾਲ ਹੋਏ ਸ਼੍ਰੀਲੰਕਾ ਹੋਏ ਉਹਨਾਂ ਨੂੰ ਅਸੀਂ ਪਹਿਲ ਦਿੰਦੇ ਹਾਂ ਔਰ ਬਾਹਰ ਵੀ ਜਿਹੜੀਆਂ ਕਮਿਊਨਿਟੀਜ਼ ਸਾਰੀਆਂ ਉਸ ਖਿੱਤੇ ਨਾਲ ਸੰਬੰਧਿਤ ਨੇ ਇੱਥੇ ਵੀ ਉਹਨਾਂ ਦਾ ਭਾਈਚਾਰਾ ਹੈ ਜੀ ਸੋ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਉੱਥੋਂ ਦੇ ਸਾਡੇ ਵੀਰਾਂ ਭੈਣਾਂ ਦੇ ਮਸਲੇ ਨੇ ਇਸ਼ੂਜ਼ ਨੇ ਔਰ ਖਾਸ ਤੌਰ 'ਤੇ ਆਜ਼ਾਦੀ ਤਹਿਰੀਕਾਂ ਔਰ ਕੁੱਲ ਮਿਲਾ ਕੇ ਅਮਨ ਅਮਾਨ ਖੁਸ਼ਹਾਲੀ ਦੇ ਲਈ ਜਿਹੜਾ ਸਤਤ ਯਤਨ ਇਹ ਸਾਡੀ ਮਨਸ਼ਾ ਔਰ ਇਸ ਪ੍ਰੋਗਰਾਮ ਰਾਹੀਂ ਵੀ ਸਾਡਾ ਮਕਸਦ ਇੱਕ ਡਾਇਲੋਗ ਕਰਨਾ ਇੱਕ ਗੱਲਬਾਤ ਕਰਨਾ ਇਸ ਲਈ ਅਸੀਂ ਜਿਹੜੇ ਸਾਡੇ ਨਾਲ ਨਹੀਂ ਵੀ ਸਹਿਮਤ ਹੁੰਦੇ ਵੀਰ ਭੈਣਾਂ ਅਸੀਂ ਉਹਨਾਂ ਦੀਆਂ ਲਿਖਤਾਂ ਵੀ ਡਿਸਕਸ ਕਰਦੇ ਹਾਂ ਭਾਵੇਂ ਬਹੁਤ ਸਾਰੀਆਂ ਉਹਨਾਂ 'ਚ ਬੜੀਆਂ ਐਬਿਊਸਿਵ ਘਟੀਆ ਲੈਵਲ ਦੀਆਂ ਵੀ ਹੁੰਦੀਆਂ ਨੇ ਜੀ ਲੇਕਿਨ ਅਸੀਂ ਚਾਹਵਾਂਗੇ ਕਿ ਜਿਹੜੇ ਹਕੀਮ ਬੇਗ ਜੀ ਵਰਗੇ ਸੰਵੇਦਨਸ਼ੀਲ ਇਨਸਾਨ ਨੇ ਉਹ ਜ਼ਰੂਰ ਸਾਨੂੰ ਸੁਜੈਸ਼ਨਸ ਵੀ ਦੇਣ ਅਤੇ ਜਿਹੜਾ ਵੀ ਕੋਈ ਇਸ਼ੂ ਵੀ ਉਹ ਸਮਝਦੇ ਨੇ ਵੀ ਅਹਿਮ ਜਾਂ ਇੰਪੋਰਟੈਂਟ ਹੈ ਉਹ ਵੀ ਸਾਡੇ ਤੱਕ ਲਿਆਉਣ ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਡਾ ਅਗਲਾ ਫੇਸਬੁੱਕ ਮੈਸੇਜ ਤਰਨਜੀਤ ਸਿੰਘ ਜੀ ਦਾ ਹੈ ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਜੀ ਨੇ TV 84 ਦੇ ਨਾਲ ਸਾਡੀਆਂ ਅੱਖਾਂ ਖੋਲ ਦਿੱਤੀਆਂ ਨੇ ਕਿ ਕਿਵੇਂ ਸਰਕਾਰ ਅਤੇ ਏਜੰਸੀਆਂ ਸਾਡੇ ਵਿਰੁੱਧ ਕੰਮ ਕਰ ਰਹੀਆਂ ਨੇ ਡਾਕਟਰ ਅਮਰਜੀਤ ਸਿੰਘ ਜੀ ਤੁਹਾਡੀ ਸੋਚ ਦੀ ਡੂੰਘਾਈ ਦੇਖ ਕੇ ਪਤਾ ਲੱਗਦਾ ਹੈ ਕਿ ਤੁਸੀਂ ਕਿੰਨੇ ਸੂਝਵਾਨ ਹੋ ਬਾਕੀ ਪੂਰੀ TV 84 ਦੀ ਟੀਮ ਦਾ ਧੰਨਵਾਦ ਜੀ ਡਾਕਟਰ ਸਾਹਿਬ ਤਰਨਜੀਤ ਸਿੰਘ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ ਅਸੀਂ ਜਿਵੇਂ ਵਾਰ ਵਾਰ ਕਹਿੰਦੇ ਹਾਂ ਕਿ ਵੀ ਅਸੀਂ ਕਦੇ ਕਲੇਮ ਨਹੀਂ ਕੀਤਾ ਵੀ ਹਰ ਗੱਲ ਦੇ ਉੱਤੇ ਸਾਡੀ ਪਹੁੰਚ ਜਿਹੜਾ ਹੈ ਉਹ ਐਬਸੋਲਿਊਟ ਟਰੂਥ ਹੈ ਐਬਸੋਲਿਊਟ ਟਰੂਥ ਤਾਂ ਰੱਬ ਦਾ ਨਾਂ ਹੈ ਜੀ ਜੀ ਅਸੀਂ ਜਿੰਨੀ ਕੁ ਗੁਰੂ ਨੇ ਸਾਨੂੰ ਸੋਝੀ ਸਮਝ ਦਿੱਤੀ ਹੈ ਉਹ ਹਾਲਾਤਾਂ ਨੂੰ ਘਟਨਾਵਾਂ ਨੂੰ ਦੇਖਣ ਦਾ ਸਮਝਣ ਦਾ ਯਤਨ ਕਰਦੇ ਹਾਂ ਜਿੰਨੀ ਕੁ ਜਾਣਕਾਰੀ ਸਾਡੇ ਕੋਲ ਹੁੰਦੀ ਹੈ ਉਹ ਵੀ ਅਸੀਂ ਸਾਂਝੀ ਕਰਨਾ ਚਾਹੁੰਦੇ ਹਾਂ ਔਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਸਾਨੂੰ ਇਸ ਲਗਭਗ 2 ਸਾਲ ਦੇ ਸਮੇਂ 'ਚ ਜਿਹੜਾ ਸਾਡੇ ਦਰਸ਼ਕਾਂ ਨੇ ਸ਼ਰੋਤਿਆਂ ਨੇ ਵੀ ਬਹੁਤ ਅਮੀਰ ਬਣਾਇਆ ਬਹੁਤ ਮਾਲਾਮਾਲ ਕੀਤਾ ਅਸੀਂ ਉਹਨਾਂ ਦਾ ਵੀ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਸੋ ਵੀਰ ਤਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਸਾਡਾ ਅਗਲਾ ਫੇਸਬੁੱਕ ਮੈਸੇਜ ਦਲਜੀਤ ਸਿੰਘ ਕਾਲੋ ਜੀ ਦਾ ਵੈਨਕੂਵਰ BC ਕੈਨੇਡਾ ਤੋਂ ਆਇਆ ਹੈ ਇਹ ਲਿਖਦੇ ਹਨ ਸਿੱਖਾਂ ਦੇ ਹਰ ਮਸਲੇ ਲਈ ਵਾਕਿਆ RSS ਜ਼ਿੰਮੇਵਾਰ ਹੈ ਰੋਜ਼ ਦੂਜੇ ਦਿਨ ਬਾਹਰਲੇ ਮੁਲਕਾਂ 'ਚ ਪ੍ਰਧਾਨਗੀਆਂ ਖਾਤਰ ਪੱਗਾਂ ਲੈਂਦੀਆਂ ਇਹ ਵੀ ਇਸ ਵਿੱਚ ਵੀ RSS ਜ਼ਿੰਮੇਵਾਰ ਹੈ ਪੰਜਾਬ 'ਚ ਬੇਮੌਸਮੀ ਬਰਸਾਤਾਂ ਹੋ ਰਹੀਆਂ ਹਨ ਇਸ ਵਿੱਚ ਵੀ RSS ਜ਼ਿੰਮੇਵਾਰ ਹੈ ਇੰਦਰ ਭਗਵਾਨ ਹੈਗਾ ਤਾਂ ਇਹਨਾਂ ਦਾ ਹੀ ਦੂਜੇ ਦਿਨ ਸਾਡੇ ਮਾੜੀਆਂ ਨੀਤਾਂ ਵਾਲੇ ਪੰਜਾਬੀ ਕਿਸੇ ਦੀ ਧੀ ਦੀ ਦਾਜ ਦੀ ਬਲੀ ਦੇ ਦਿੰਦੇ ਨੇ ਇਹਦੇ 'ਚ ਵੀ RSS ਜ਼ਰੂਰ ਜ਼ਿੰਮੇਵਾਰ ਹੈ ਹੋਰ ਵੀ ਬੜੇ ਮੁੱਦੇ ਨੇ ਡਾਕਟਰ ਸਾਹਿਬ ਤੁਹਾਨੂੰ ਫੋਬੀਆ ਹੋ ਗਿਆ ਲੱਗਦਾ ਹੈ ਕੇਅਰ ਕਾਰਡ ਤੁਹਾਡੇ ਕੋਲ ਹੋਣਾ ਹੈ ਇੱਕ ਵਾਰ ਫ੍ਰੀ ਦੀ ਸਰੀਰ ਦੀ ਚੈੱਕਅਪ ਕਰਵਾਓ ਐਵੇਂ ਭੋਲੀ ਜਨਤਾ ਨੂੰ ਕੱਟੜ ਨਾ ਬਣਾਓ ਗੁਰੂ ਗ੍ਰੰਥ ਸਾਹਿਬ ਨਾਲ ਜੋੜੋ ਜਬਲੀਆਂ ਛੱਡ ਸਿੱਖੀ ਦਾ ਪ੍ਰਚਾਰ ਕਰੋ ਹੁਣ ਮੈਨੂੰ ਨਾ RSS ਦਾ ਏਜੰਟ ਕਹਿ ਦਿਓ ਕਿਉਂਕਿ ਜਿਹੜਾ ਤੁਹਾਡੇ ਖਿਲਾਫ਼ ਬੋਲੇ ਉਹ ਤੁਹਾਨੂੰ RSS ਦਾ ਏਜੰਟ ਲੱਗਦਾ ਹੈ ਵਾਹਿਗੁਰੂ ਭਲੀ ਕਰੇ ਜੀ ਡਾਕਟਰ ਸਾਹਿਬ
ਦੇਖੋ ਬੜੀ ਸੋਹਣੀ ਈਮੇਲ ਲਿਖੀ ਆ ਉਹਨਾਂ ਨੇ ਦਲਜੀਤ ਸਿੰਘ ਕਾਲੋ ਨੇ ਵੈਨਕੂਵਰ ਤੋਂ ਬੈਠੇ ਨੇ ਜੀ ਇਹ ਵੈਸੇ ਕਾਲੋ ਤਾਂ ਨਹੀਂ ਹੋਣੇ ਨਾ ਹੀ ਦਲਜੀਤ ਸਿੰਘ ਹੋਣੇ ਨੇ ਇਹ ਕੋਈ ਰਾਮੇਸ਼ਵਰਮ ਪੰਡਿਤ ਰਾਮੇਸ਼ਵਰਮ ਦੱਤ ਜੀ ਚਤੁਰਵੇਦੀ ਜੀ ਹੈ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦਾ ਵਿਅੰਗ ਹੈ ਹਾਲਾਂ ਲੈਂਗੁਏਜ ਦੇ ਵਿੱਚ ਇੱਕ ਅੱਛਾ ਤਰੀਕਾ ਹੁੰਦਾ ਕਿ ਕੋਈ ਗੱਲ ਤੁਸੀਂ ਸਿੱਧੀ ਕਹਿਣ ਦੀ ਥਾਂ ਵਿਅੰਗ ਦੇ ਵਿੱਚ ਕਹਿੰਦੇ ਹੋ ਨਹੀਂ ਸੋ ਇਹ ਉਹਨਾਂ ਦਾ ਅੰਦਾਜ਼ ਤਾਂ ਜਿਹੜਾ ਜਿਵੇਂ ਗਾਲਬ ਨੇ ਕਿਹਾ ਵੀ ਅੰਦਾਜ਼ੇ ਬਿਆਨ ਤਾਂ ਬਹੁਤ ਵਧੀਆ ਲੇਕਿਨ ਇਹ ਜਿਹੜੇ ਵੀ ਨੇ ਚਤੁਰਵੇਦੀ ਨੇ ਕਿ ਤ੍ਰਿਵੇਦੀ ਨੇ ਕਿ ਦਵੇਦੀ ਨੇ ਇੱਕ ਵੇਦ ਵਾਲਾ ਦੋ ਵਾਲਾ ਦਵੇਦੀ ਹੈ ਤਿੰਨ ਵਾਲਾ ਤ੍ਰਿਵੇਦੀ ਹੈ ਚਾਰ ਵਾਲਾ ਚਤੁਰਵੇਦੀ ਹੈ ਸੋ ਇਹ ਗਿਆਨ ਤਾਂ ਇਹਨਾਂ ਦਾ ਚਤੁਰਵੇਦ ਵਾਲਾ ਦੇਖੋ ਉਹਨਾਂ ਨੇ ਵਿਅੰਗ ਦੇ ਵਿੱਚ ਕਿਹਾ ਵੀ ਜੇ ਪੱਗਾਂ ਲੱਥਣ ਤਾਂ ਵੀ RSS ਜ਼ਿੰਮੇਵਾਰ ਜੇ ਬੇਮੌਸਮੀ ਬਰਸਾਤ ਹੋ ਜਾਏ ਤਾਂ ਇਹਨਾਂ ਦਾ ਇੰਦਰ ਦੇਵਤਾ ਉਹਨੇ ਜ਼ਰੂਰ ਕੋਈ ਖਰਾਬੀ ਕੀਤੀ ਹੈ ਔਰ ਜੇ ਕੋਈ ਧੀ ਦੇ ਦਾਜ ਦੇ ਮੁੱਦੇ 'ਤੇ ਬਲੀ ਹੋਏ ਫਿਰ ਵੀ ਉਹ ਜ਼ਿੰਮੇਵਾਰ ਸੋ ਕਹਿੰਦੇ ਜੀ ਬੜੇ ਮੁੱਦੇ ਨੇ ਔਰ ਇਹਨਾਂ ਨੇ ਸ਼ਬਦ ਫੋਬੀਆ ਇਸਤੇਮਾਲ ਕੀਤਾ ਜਿਹੜਾ ਕਿ ਜਿਵੇਂ ਮੈਡੀਕਲ ਲੈਂਗੁਏਜ ਹਾਈਡਰੋਫੋਬੀਆ ਹੁੰਦਾ ਜਿਵੇਂ ਕੁੱਤੇ ਨੂੰ ਕੱਟਿਆ ਹੋਏ ਉਹ ਪਾਣੀ ਦੇ ਨੇੜੇ ਨਹੀਂ ਜਾਂਦਾ ਸੋ ਇਹ ਹੁੰਦਾ ਵੀ ਕਿਸੇ ਚੀਜ਼ ਪ੍ਰਤੀ ਤੁਸੀਂ ਬਿਲਕੁਲ ਆਪਣਾ ਬਣਾਇਆ ਹੋਇਆ ਵੀ ਤੁਸੀਂ ਉਸ ਤੋਂ ਦੂਰ ਜਾਣਾ ਦੌੜਨਾ ਔਰ ਉਹਨੂੰ ਹੀ ਤੁਸੀਂ ਜ਼ਿੰਮੇਵਾਰ ਦੱਸਣਾ ਔਰ ਇਹਨਾਂ ਨੇ ਕੇਅਰ ਕਾਰਡ ਦੀ ਗੱਲ ਵੀ ਕੀਤੀ ਕੈਨੇਡਾ 'ਚ ਬੈਠੇ ਵੈਲਫੇਅਰ ਖਾ ਰਹੇ ਨੇ ਤੁਹਾਡੇ ਹੁੰਦਾ ਭਾਈ ਕੇਅਰ ਕਾਰਡ ਇੱਥੇ ਸਾਨੂੰ ਨਹੀਂ ਇੰਨਾ ਮਿਲਦਾ ਜੇ ਤੁਹਾਡਾ ਕੋਈ ਇੱਥੇ ਚੱਲਦਾ ਸਾਨੂੰ ਭੇਜ ਪੂਜ ਦਿਓ ਕੋਈ ਚੈੱਕਅਪ ਕਰਵਾ ਲਈਏ ਬਾਕੀ ਨਾਲ ਹੀ ਫਿਰ ਉਹਨੇ ਸਾਨੂੰ ਜਬਲੀਆਂ ਵੀ ਦੱਸੀਆਂ ਹੁਣ ਫੋਬੀਆ ਅਤੇ ਜਬਲੀਆਂ ਟੁਗੈਦਰ ਨਹੀਂ ਜਾਂਦੀਆਂ ਜਿਹੜਾ ਫੋਬੀਆ ਉਹ ਤਾਂ ਫੋਬੀਆ ਫੋਬੀਆ 'ਚ ਤਾਂ ਸਭ ਕੁਛ ਹੀ ਆ ਜਾਂਦਾ ਸੋ ਮੇਰਾ ਖਿਆਲ ਹੈ ਵੀ ਤੁਸੀਂ ਪਹਿਲਾਂ ਡਿਕਸ਼ਨਰੀ ਦੇ ਵਿੱਚ ਜਬਲੀਆਂ ਦਾ ਮਤਲਬ ਦੇਖੋ ਫਿਰ ਫੋਬੀਆ ਦਾ ਮਤਲਬ ਦੇਖੋ ਫਿਰ ਦੇਖੋ ਵੀ ਦੋਨਾਂ 'ਚੋਂ ਇੱਕ ਹੋ ਸਕਦਾ ਜਾਂ ਫੋਬੀਆ ਜਾਂ ਜਬਲੀਆਂ ਨੇ ਅਤੇ ਬਾਕੀ ਵਿਚਾਰਿਆਂ ਨੂੰ ਡਰ ਵੀ ਹੈ ਹੁਣ ਦੇਖੋ ਇਹ ਤਾਂ ਉਵੇਂ ਹੀ ਹੈ ਕਿ ਵੀ ਉਹ ਕੁੱਟ ਕੇ ਕੋਈ ਉੱਤੇ ਪਿਆ ਤਾਂ ਰੋਈ ਜਾਂਦਾ ਹੈ ਉਦੋਂ ਕੋਲੋਂ ਲੰਘਿਆ ਕਹਿੰਦੇ ਤੂੰ ਲੰਮਾ ਪਾਇਆ ਉਹਨੂੰ ਕੁੱਟਿਆ ਕਹਿੰਦੇ ਨਹੀਂ ਨਹੀਂ ਉੱਠੇਗਾ ਜਦੋਂ ਮੈਨੂੰ ਮਾਰੇਗਾ ਹੁਣ ਉਹ ਇੰਨਾ ਕੁ ਕਹਿ ਕੇ ਫਿਰ ਡਰੀ ਜਾਂਦੇ ਨੇ ਜੀ ਮੈਨੂੰ RSS ਦਾ ਏਜੰਟ ਨਾਲ ਕਹਿ ਦੇਣਾ ਮੈਂ ਕਿਹਾ ਜੀ ਤੁਸੀਂ ਜਿਸ ਅੰਦਾਜ਼ 'ਚ ਕਿਹਾ ਤੁਸੀਂ ਤਾਂ ਉਹਨਾਂ ਦੇ ਸਰਸੰਘ ਚਾਲਕ ਹੋ ਜਿਹੜਾ ਉਹਨਾਂ ਦਾ ਹੈੱਡ ਹੁੰਦਾ ਹੈ ਕਿਸੇ ਸ਼ਾਖਾ ਦਾ ਉਹ ਸਰਸੰਘ ਚਾਲਕ ਹੁੰਦਾ ਦੇਖੋ ਪਹਿਲੀ ਗੱਲ ਹੈ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਹੜੇ ਉਹਨਾਂ ਨੇ ਨੁਕਤੇ ਕਹੇ ਨੇ ਉਹ ਹੁੰਦੇ ਨੇ ਲੇਕਿਨ ਇਹ ਕਿਵੇਂ ਹੈ ਇਹਨਾਂ ਨੂੰ ਇਹ ਬੈਠੇ ਨੇ ਵੈਨਕੂਵਰ 'ਚ ਸਰੀ ਇਹਨਾਂ ਦੇ ਨੇੜੇ ਹੈ ਇਹਨਾਂ ਨੂੰ ਨਹੀਂ ਪਤਾ ਕਿ ਭਾਈ ਇਹ ਜਦੋਂ ਅਕਾਲ ਤਖਤ ਸਾਹਿਬ ਤੋਂ ਜਿਹਨਾਂ ਲੋਕਾਂ ਨੂੰ ਖੱਬੇ ਪੱਖੀਆਂ ਨੂੰ ਬਾਗੀ ਕਰਵਾਇਆ ਹੁਕਮਨਾਮੇ ਦੀ ਆੜ 'ਚ ਲੰਗਰ ਦੇ ਨਾਂ 'ਤੇ ਕੌਣ ਬਿਹਾਈਂਡ ਨੇ ਕਿਹੜੇ ਲੋਕ ਨੇ ਉੱਥੇ ਜਿਹੜੇ ਇੰਡੀਅਨ ਗੌਰਮੈਂਟ ਦੇ ਏਜੰਟ ਦੇ ਤੌਰ ਦੇ ਉੱਤੇ ਕਿਵੇਂ ਦਰਬਾਰ ਸਾਹਿਬ 'ਤੇ ਹਮਲੇ ਨੂੰ ਵੀ ਜਸਟੀਫਾਈ ਕਰਦੇ ਰਹੇ ਔਰ ਉਹ ਕੌਣ ਲੋਕ ਨੇ ਜਿਹੜੇ ਕੋਈ RSS ਹੈ ਜਾਂ ਐਂਟਾਈ ਸਿੱਖ ਨੇ ਕਿ ਜੇ ਇੱਕ ਕੈਨੇਡੀਅਨ ਸਿੱਖ ਆਰਮੀ ਆਫਿਸਰ ਕੈਨੇਡਾ ਦਾ ਜਿਹੜਾ ਲੈਫਟੀਨੈਂਟ ਕਰਨਲ ਰੈਂਕ ਜਿਹਨੇ ਅਫਗਾਨਿਸਤਾਨ 'ਚ ਜਾ ਕੇ ਮੁਲਕ ਨੂੰ ਸਰਵ ਕੀਤਾ ਹੈ ਜੇ ਉਹਨੂੰ ਟਿਕਟ ਦਿੱਤੀ ਹੈ ਉੱਥੋਂ ਵੈਨਕੂਵਰ ਤੋਂ ਲਿਬਰਲ ਪਾਰਟੀ ਨੇ ਅਤੇ ਉਸ ਦਾ ਵਿਰੋਧ ਕਰਨ ਵਾਲਾ ਜਿਹੜਾ ਸਾਰਾ ਗਰੁੱਪ ਹੀ ਜਿਹੜਾ ਇਸ ਕਿਸਮ ਦਾ ਕਾਮਰੇਡੀ ਜਾਂ ਐਂਟੀ ਸਿੱਖ ਸੀ ਉਹਨਾਂ ਨੇ ਪਾਰਟੀ ਛੱਡ ਦਿੱਤੀ ਉਹਨਾਂ ਨੇ ਕਿਹਾ ਜੀ ਇਹ ਤਾਂ ਆਤੰਕਵਾਦ ਨੂੰ ਹਮ ਜਿਹੜਾ ਕੀਤਾ ਹੈ ਅਤੇ ਜੀ ਇਹਨਾਂ ਦਾ ਪਿਓ ਜਿਹੜਾ ਉਹ WSO ਦਾ ਮੈਂਬਰ ਸੀ ਸੋ ਜਦੋਂ ਤੁਸੀਂ ਇਹ ਰਵੱਈਏ ਆਪਣੇ ਉੱਥੇ ਦੇਖਦੇ ਹੋ ਕੋਈ ਸਰੀ ਜਾਂ ਵੈਨਕੂਵਰ 'ਚ ਬਹਿ ਕੇ ਕਵੇ ਕਿ ਜੀ ਇਹ ਜਿਹੜੀਆਂ ਗੁਰਦੁਆਰੇ ਜਾਂ 'ਚ ਲੜਾਈਆਂ ਹੁੰਦੀਆਂ ਇਹਨਾਂ 'ਚ RSS ਜਾਂ ਏਜੰਸੀਆਂ ਦਾ ਜਾਂ ਦੂਜਿਆਂ ਦਾ ਰੋਲ ਨਹੀਂ ਤਾਂ ਫਿਰ ਉਹ ਜਾਂ ਤਾਂ ਬੇਈਮਾਨ ਹੈ ਅਤੇ ਜਾਂ ਖੁਦ ਹਨੇਰੇ 'ਚ ਰਹਿੰਦਾ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਛ ਸਮੱਸਿਆਵਾਂ ਸਾਡੇ ਸਮਾਜਿਕ ਔਰ ਸਾਡੀ ਹੋਮੇ ਨਾਲ ਜੁੜੀਆਂ ਹੋਈਆਂ ਨੇ ਬਟ ਇਹ ਜਸਟੀਫਾਈ ਨਹੀਂ ਕਰ ਦਿੰਦੀਆਂ ਜਾਂ ਉਹਨਾਂ ਨੂੰ ਐਗਜ਼ੋਨਰੇਟ ਨਹੀਂ ਕਰ ਦਿੰਦੀਆਂ ਕਿ RSS ਜ਼ਿੰਮੇਵਾਰ ਨਹੀਂ ਹੈ ਅੱਜ ਕਿਸ ਤਰੀਕੇ ਨਾਲ ਧਾਰਮਿਕ ਜਥੇਦਾਰ ਹੋਣ ਧਾਰਮਿਕ ਮੁੱਦੇ ਹੋਣ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਹੋਏ ਪੰਜਾਬ 'ਚ ਸੀਚੇਵਾਲ ਅਤੇ ਦੂਜੇ ਤੀਜੇ ਜਿਹੜੇ ਪਹਿਲਾਂ ਧੋਤੀਆਂ ਬਣਾ ਕੇ ਜਿਹਨਾਂ ਨੂੰ ਇਨਵਾਇਰਮੈਂਟ ਦੇ ਥੱਲੇ ਖੜਾ ਕੀਤਾ ਸੀ ਹੁਣ ਤੁਸੀਂ ਇਹਨਾਂ ਨੂੰ RSS ਦੇ ਖੈਮਿਆਂ 'ਚ ਇਹਨਾਂ ਦੇ ਨਾਲ ਪਿਕਚਰਾਂ ਦੇਖਦੇ ਹੋ ਹਾਂਜੀ ਨਾਮਧਾਰੀ ਜਿਹੜੇ ਕੂਕੇ ਨੇ ਉਹਨਾਂ ਦੇ ਨਾਲ ਤੁਸੀਂ ਇਹਨਾਂ ਦੀ ਵੱਧਦੀ ਸਾਂਝ ਦੇਖਦੇ ਹੋ ਦੂਸਰੇ ਗਰੁੱਪ ਜਿਹੜੇ ਨੇ ਅਮਰਿੰਦਰ ਵਰਗੇ ਉਹਨੂੰ ਨਜ਼ਰ ਆ ਰਿਹਾ ਕਿ ਵੀ ਇਹ ਜਿਹੜਾ 500 ਸਾਲ ਪਹਿਲਾਂ ਅਸੀਂ ਜਿਹੜੇ ਆ ਹਿੰਦੂ ਸੀ ਸੋ ਜਦੋਂ ਤੁਸੀਂ ਇਸ ਸਾਰੇ ਦਾਇਰਾਕਾਰ ਨੂੰ ਦੇਖਦੇ ਹੋ ਤਾਂ ਕੋਈ ਵੀ ਜਿਹੜਾ ਸੁਚੇਤ ਸਿੱਖ ਹੈ ਜਾਂ ਇਮਾਨਦਾਰ ਸਿੱਖ ਹੈ ਉਹ ਇਸ ਥਰੈਟ ਨੂੰ ਮਹਿਸੂਸ ਕਰੇਗਾ ਔਰ ਉਹ ਉਹਨੂੰ ਇਵੇਂ ਹਲਕਾ ਨਹੀਂ ਸੁੱਟੇਗਾ ਕਿ ਜੀ ਮੌਸਮ ਬਦਲ ਗਿਆ ਅਤੇ ਇੰਦਰ ਦੇਵਤਾ ਅਤੇ ਫਲਾਣਾ ਅਤੇ ਢਿਮਕਾ ਪਰ ਸਾਨੂੰ ਇੱਦਾਂ ਦੇ ਵੀ ਹੈ ਜਿਹੜੇ ਵੀ ਚਤੁਰਵੇਦੀ ਉਰਫ ਦਲਜੀਤ ਸਿੰਘ ਕਾਲੋ ਨੇ ਸੋ ਇਹਨਾਂ ਦਾ ਫਿਰ ਵੀ ਧੰਨਵਾਦ ਇਹਨਾਂ ਨੇ ਲਿਖਿਆ ਸਾਨੂੰ ਜੀ ਜੀ ਬਿਲਕੁਲ ਡਾਕਟਰ ਸਾਹਿਬ ਇਸ ਨਾਲ ਇਹਨੇ ਬ੍ਰੇਕ ਵਿਊਅਰਸ ਇਸ ਤਰ੍ਹਾਂ ਬਾਰੇ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ